ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਅੱਜ ਪਹੁੰਚੇ ਹਾਂ JEE ਮੈਰਿਟ ਵਿੱਚ, ਜਿੱਥੇ ਕਿ ਅੱਜ ਟ੍ਰੇਲਰ ਲਾਂਚ ਸੀ ਫਿਲਮ ਖਿਡਾਰੀ ਦਾ। ਸੋ 9 ਫਰਵਰੀ ਨੂੰ ਫਿਲਮ ਆ ਰਹੀ ਹੈ ਖਿਡਾਰੀ। ਸੋ ਮੇਰੇ ਨਾਲ ਡਾਇਰੈਕਟਰ ਖੜੇ ਨੇ ਮਾਨਵ ਸ਼ਾਹ ਜੀ, ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਸਤਿ ਸ਼੍ਰੀ ਅਕਾਲ। ਕਿੱਦਾਂ? ਬਹੁਤ ਵਧੀਆ, ਤੁਸੀਂ ਦੱਸੋ? ਗੁੱਡ ਗੁੱਡ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਡੀ ਮੂਵੀ ਜਿਹੜੀ ਆ ਰਹੀ ਹੈ ਖਿਡਾਰੀ। ਕੀ ਕਹਿਣਾ ਚਾਹੁੰਦੇ? ਖਿਡਾਰੀ ਮੂਵੀ ਇੱਕ ਲਾਈਫ ਹੈ ਜੀ, ਖਿਡਾਰੀ। ਅਸੀਂ ਇੱਕ ਪੈਟਰਨ ਲੈ ਕੇ ਚੱਲੇ ਹਾਂ ਵੀ ਦੇਖੋ, ਕੋਈ ਵੀ ਹੈ ਖਿਡਾਰੀ ਜਿਹੜਾ ਵਾ ਆਪਣੀ ਲਾਈਫ 'ਚ ਵੀ ਹੁੰਦਾ ਵਾ, ਔਰ ਤੁਸੀਂ ਇੱਕ ਰੋਲ ਪਲੇ ਘਰ ਦੇ ਅੰਦਰ ਕਰਦੇ ਹੋ ਉਹ ਵੀ ਖਿਡਾਰੀ ਹੈ, ਤੁਸੀਂ ਬਾਹਰ ਕਰਦੇ ਹੋ ਵੀ ਖਿਡਾਰੀ। ਸੋ ਲਾਈਫ ਨੂੰ ਅਸੀਂ ਨਾਲ ਲੈ ਕੇ ਚੱਲੇ ਹੋਏ ਹਾਂ ਖਿਡਾਰੀ ਦੇ ਵਿੱਚ ਨਾ। ਸੋ ਮੇਰੀ ਟੀਮ ਨੇ ਬਹੁਤ ਸਾਥ ਦਿੱਤਾ ਸਾਰਿਆਂ ਨੇ, ਹੈ ਨਾ। ਸਭ ਤੋਂ ਪਹਿਲਾਂ ਤਾਂ ਮੈਂ ਧੀਰੇ ਰਤਨ ਭਾਅ ਜੀ ਜਿਨ੍ਹਾਂ ਨੇ ਕੋਨਸੈਪਟ ਦਿੱਤਾ, ਮੈਨੂੰ ਪਤਾ ਵੀ ਭਾਅ ਜੀ ਦਾ ਜਿਹੜਾ ਵਰਕਿੰਗ ਸਟਾਈਲ, ਅੱਜ ਤੱਕ ਆਪਾਂ ਫਿਲਮਾਂ ਇਕੱਠੇ ਕੀਤੀਆਂ ਸਾਰੀਆਂ। ਸੋ ਭਾਅ ਜੀ ਕੁਛ ਡਿਫਰੈਂਟ ਲੈ ਕੇ ਆਉਂਦੇ ਨੇ। ਸੋ ਭਾਅ ਜੀ ਨੇ ਬਹੁਤ ਸੋਹਣੀ ਸਕ੍ਰਿਪਟ ਲਿਖੀ, ਬਹੁਤ ਵਧੀਆ ਸਕਰੀਨ ਪਲੇ ਆ। ਦੋ ਭਰਾਵਾਂ ਦੀ ਕਹਾਣੀ, ਗੁਰਨਾਮ ਭੁੱਲਰ ਛੋਟਾ ਭਰਾ ਹੈ, ਕਰਤਾਰ ਚੀਮਾ ਵੱਡਾ ਭਰਾ। ਸੋ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ। ਸੁਰਬੀ ਦਾ ਕਰੈਕਟਰ ਬਹੁਤ ਡਿਫਰੈਂਟ ਕਰੈਕਟਰ ਹੈ, ਪਹਿਲੀ ਵਾਰ ਉਹਨੇ ਪੰਜਾਬੀ ਫਿਲਮ, ਮੈਨੂੰ ਲੱਗਦਾ ਆਈ ਥਿੰਕ 12-13 ਸਾਲ ਬਾਅਦ ਉਹਨੇ ਕੰਮ ਬੈਕ ਕੀਤਾ ਫਿਰ ਨਾ। ਸੋ ਸਾਰੀ ਟੀਮ ਨੇ ਬਹੁਤ ਸਾਥ ਦਿੱਤਾ। ਸੋ ਵੈਸੇ ਗੁਰਨਾਮ ਭੁੱਲਰ ਨੂੰ ਤਾਂ ਇੱਕ ਲਵਰ ਬੋਏ ਮੰਨਿਆ ਜਾਂਦਾ ਹੈ, ਖਿਡਾਰੀ ਦੇ ਵਿੱਚ ਉਹਦਾ ਕਿੱਦਾਂ ਦਾ ਰੋਲ ਪਲੇ ਕਰ ਰਹੇ ਹੈ? ਕਿਵੇਂ ਤੁਸੀਂ ਉਹਨੂੰ ਡਾਇਰੈਕਟ ਕਰ ਪਾਈ? ਈਜ਼ੀ ਹੋ ਗਿਆ ਜਾਂ ਕੁਛ ਚੈਲੰਜਿੰਗ ਸੀ ਤੁਹਾਡੇ ਵਾਸਤੇ? ਦੇਖੋ, ਥੋੜ੍ਹਾ ਚੈਲੰਜਿੰਗ ਤਾਂ ਹੁੰਦਾ ਹੀ ਹੈ, ਕਿਉਂਕਿ ਤੁਸੀਂ ਇੱਕ ਪੈਟਰਨ ਨੂੰ ਫੋਲੋ ਕਰ ਰਹੇ ਹੁੰਦੇ ਹੋ, ਫਿਰ ਉਸ ਤੋਂ ਬਾਅਦ ਤੁਸੀਂ ਡਿਫਰੈਂਟ ਕਰੈਕਟਰ 'ਚ ਆਉਣਾ, ਉਹ ਮੈਨੂੰ ਲੱਗਦਾ ਮੇਰੇ ਵਾਸਤੇ ਵੀ ਮੁਸ਼ਕਲ ਸੀ, ਉਹ ਗੁਰਨਾਮ ਭਾਅ ਜੀ ਵਾਸਤੇ ਵੀ ਮੁਸ਼ਕਲ ਸੀ। ਬਟ ਜਦੋਂ ਅਸੀਂ ਇਹ ਸਕ੍ਰਿਪਟ ਉਹਨਾਂ ਤੱਕ ਲੈ ਕੇ ਗਏ ਸੀ, ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਮਾਨੋ ਮੈਂ ਚਾਹੁੰਦਾ ਵੀ ਆਪਾਂ ਫਿਰ ਜਿਹੜੀ ਪ੍ਰੈਕਟਿਸ ਆ ਉਹ ਪ੍ਰੋਪਰ ਕਰਕੇ ਆਪਾਂ ਫਿਰ ਹੀ ਕਰੀਏ। ਉਹ ਹੁਣ ਉਹਦੇ ਵਾਸਤੇ ਪ੍ਰੈਕਟਿਸ ਕਹਿਣਾ ਸੌਖਾ ਹੁੰਦਾ ਵਾ, ਤੁਹਾਨੂੰ ਪਤਾ ਜਦੋਂ ਇੱਕ ਵਾਰੀ ਬੰਦਾ ਗਰਾਊਂਡ 'ਤੇ ਉਤਰਦਾ ਫਿਰ ਬੜੀਆਂ ਮੁਸ਼ਕਲਾਂ ਆਉਂਦੀਆਂ। ਬਟ ਉਹਨਾਂ ਨੇ ਟ੍ਰੇਨਿੰਗ ਕੀਤੀ ਪ੍ਰੋਪਰ ਨਾ, ਟ੍ਰੇਨਿੰਗ ਉਹਨਾਂ ਨੇ ਲੈ ਕੇ ਫਿਰ ਅਸੀਂ ਗਰਾਊਂਡ 'ਤੇ ਗਏ ਸੀ, ਫਿਰ ਸ਼ੂਟ ਕੀਤਾ ਸਟਾਰਟ ਇਹਦਾ। ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਡਿਊਪ ਜਿਹੜਾ ਨਾ ਉਹ ਬਹੁਤ ਘੱਟ ਯੂਜ਼ ਹੋਇਆ ਹੋਇਆ, ਸਾਰਾ ਐਕਸ਼ਨ ਭਾਅ ਜੀ ਨੇ ਆਪ ਹੀ ਕੀਤਾ। ਸੋ ਇਹ ਉਹਨਾਂ ਦੀ ਮਿਹਨਤ ਆ, ਹੈ ਨਾ। ਸੋ ਮੇਰਾ ਸਾਥ ਬਹੁਤ ਦਿੱਤਾ। ਅੱਛਾ, ਗੁਰਨਾਮ ਨੂੰ ਟ੍ਰੇਨਿੰਗ ਲਈ ਕਿੰਨਾ ਕੁ ਸਮਾਂ ਲੱਗਿਆ? ਕਿਉਂਕਿ ਜਦੋਂ ਉਹਨਾਂ ਦੀ ਇੱਕ ਪਹਿਲਾਂ ਫਿਲਮ ਆਈ ਸੀ ਸ਼ਾਇਦ ਉਹਦੇ ਵਿੱਚ ਉਹਨਾਂ ਦਾ ਵੇਟ ਗੇਨ ਸੀ, ਸੋ ਇਸ ਫਿਲਮ ਦੇ ਵਿੱਚ ਥੋੜਾ ਬਹੁਤਾ ਲੂਜ਼ ਹੋਇਆ ਵੇਟ, ਹੈ ਨਾ, ਤੇ ਕਿਵੇਂ ਰਿਹਾ ਇਹ ਚੀਜ਼? ਦੇਖੋ, ਇਹ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਭਲਵਾਨ ਦੀ ਗੱਲ ਕਰਦੇ ਹਾਂ ਤੇ ਥੋੜਾ ਜਿਹਾ ਤੁਹਾਨੂੰ ਪਤਾ ਬਲਕ ਤਾਂ ਚਾਹੀਦਾ ਹੀ ਹੁੰਦਾ ਵਾ, ਹੈ ਨਾ, ਕਿਉਂਕਿ ਤੁਸੀਂ ਪੁਸ਼ ਵੀ ਕਰਨਾ ਵਾ, ਤੁਸੀਂ ਬੰਦੇ ਨੂੰ ਚੱਕਣਾ ਵੀ ਹੈ, ਸੁੱਟਣਾ ਵੀ ਹੈ, ਹੈ ਨਾ, ਉਹ ਸਾਰਾ ਕੁਝ ਚੱਲਦਾ ਰਹਿੰਦਾ। ਸੋ ਮੈਨੂੰ ਇਦਾਂ ਲੱਗਦਾ ਵੀ ਭਾਅ ਜੀ ਨੂੰ ਬਹੁਤ ਜ਼ਿਆਦਾ, ਮੈਂ ਵੀ ਨਹੀਂ ਸੀ ਚਾਹੁੰਦਾ ਕਿ ਬਹੁਤ ਲੂਜ਼ ਕਰਨ ਉਹ। ਸੋ ਉਹਨਾਂ ਨੇ ਕੀਤਾ, ਉਹਨਾਂ ਨੇ ਵਧੀਆ ਮਿਹਨਤ ਕੀਤੀ, ਹੈ ਨਾ, ਅੱਛਾ ਸੀ। ਕਿੰਨਾ ਕੁ ਤੁਹਾਨੂੰ ਲੱਗਾ ਪੁਸ਼ਅਪ ਕਰਨਾ ਪਿਆ ਉਹਨਾਂ ਨੂੰ ਇਹ ਚੀਜ਼ ਕਰਨ ਲਈ? ਫੇਰ ਵੀ ਕਈ ਵਾਰ ਹੁੰਦਾ ਨਾ ਉਹ, ਜਿਵੇਂ ਬੰਦੇ ਨੂੰ ਨੀਂਦ ਆ ਰਹੀ ਹੁੰਦੀ ਹੈ, ਔਰ ਜੇਕਰ ਆਪਾਂ ਗੱਲ ਕਰੀਏ ਠੰਡ ਦੇ ਮੌਸਮ ਦੀ, ਪੂਰੀ ਹੋ ਚੁੱਕੀ ਹੈ ਤੁਹਾਡੀ ਜਿਹੜੀ ਸ਼ੂਟਿੰਗ ਵੀ ਹੋਈ ਹੈ, ਉਦੋਂ ਇਹ ਨਹੀਂ ਸੀ ਕਹਿੰਦੇ ਯਾਰ ਅੱਜ ਠੰਡ ਹੈ ਕਿ ਰਹਿਣ ਦੋ ਅੱਜ ਨਹੀਂ ਹੋ ਪਾਣਾ? ਨਹੀਂ, ਇਹ ਬਹੁਤ ਹੋਇਆ ਜੀ, ਇਹ ਮੈਨੂੰ ਲੱਗਦਾ ਦਸੰਬਰ ਦਾ ਮਹੀਨਾ ਸੀ ਜਦੋਂ ਆਪਾਂ ਪ੍ਰੈਕਟਿਸ ਸਟਾਰਟ ਕੀਤੀ ਸੀ, ਹੈ ਨਾ, ਕਿਉਂਕਿ ਅਸੀਂ ਫੈਬ 'ਚ ਸਟਾਰਟ ਕਰਨਾ ਸੀ, ਬਟ ਭਾਅ ਜੀ ਮੈਨੂੰ ਕਹਿੰਦੇ ਕਹਿੰਦੇ ਨਹੀਂ ਆਪਾਂ ਕਰਾਂਗੇ, ਹੁਣ ਇਹਨਾਂ ਦੇ ਸ਼ੋਜ਼ ਵੀ ਹੁੰਦੇ ਸੀ ਨਾਲ, ਰਾਤੀ ਲੇਟ ਵੀ ਆਉਣਾ ਵਾ। ਮੇਰਾ ਕੀ ਹੁੰਦਾ ਸੀ, ਮੈਂ ਸਵੇਰੇ 4:30-5 ਵਜੇ ਜਾ ਕੇ ਨੌਕ ਕਰ ਦਿੰਦਾ ਹੁੰਦਾ ਸੀ, ਫਿਰ ਇਹਨਾਂ ਨੇ ਮੈਨੂੰ ਕਹਿਣਾ ਯਾਰ ਭਾਅ ਜੀ ਅੱਜ ਰਹਿਣ ਦੋ, ਕੱਲ੍ਹ ਨੂੰ ਕਰ ਲਾਂਗੇ, ਦੇਖ ਲਾਂਗੇ, ਫਿਰ ਮੈਂ ਕਹਿਣਾ ਨਹੀਂ ਨਹੀਂ ਭਾਅ ਜੀ ਆਪਾਂ ਕਰਨਾ ਕਰਨਾ, ਹੈ ਨਾ। ਸੋ ਨਹੀਂ, ਇਹਨਾਂ ਨੇ ਉਦੋਂ ਫਿਰ ਕੀਤੀ ਮਿਹਨਤ ਕੀਤੀ, ਉਦੋਂ ਵੀ ਉਦੋਂ ਹੈ ਸੀ ਥੋੜ੍ਹਾ ਜਿਹਾ ਮੁਸ਼ਕਲ ਤਾਂ ਹੁੰਦਾ ਹੀ ਆ ਰਜਾਈ 'ਚੋਂ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਠੰਡ ਚੱਲਦੀ ਵੀ। ਅੱਛਾ, ਕਰਤਾਰ ਭਾਈ ਜੀ ਤਾਂ ਕਿੱਦਾਂ ਰਿਹਾ ਹੁਣ ਤੁਹਾਡੇ ਨਾਲ? ਦੇਖੋ, ਕਰਤਾਰ ਭਾਈ ਦੀ ਤੇ ਮੇਰੀ ਜਿਹੜੀ ਬੌਂਡਿੰਗ ਆ ਉਹ ਤੁਹਾਨੂੰ ਪਤਾ ਹੀ, ਆਪਾਂ ਪਹਿਲਾਂ ਵੀ ਫਿਲਮਾਂ ਇਕੱਠੇ ਕੀਤੀਆਂ ਸੀ, ਸਿਕੰਦਰ 2 ਵੀ ਕੀਤੀ ਸੀ, ਹੈ ਨਾ। ਸੋ 500 ਮੀਟਰ ਵੀ ਆਈ ਸਾਡੀ, ਮੈਂ ਹੁਣ ਇਹਦਾ ਮੇਰੀ ਕਰਤਾਰ ਭਾਅ ਜੀ ਦੇ ਨਾਲ ਮੇਰਾ ਨਾ ਇੱਕ ਬੌਂਡ ਜਿਹੜਾ ਵਾ ਉਹ ਵੱਡੇ ਭਰਾ ਛੋਟੇ ਭਰਾ ਵਾਲਾ ਹੈਗਾ। ਸੋ ਕਰਤਾਰ ਭਾਅ ਜੀ ਦੇ ਨਾਲ ਕੀ ਰਿਹਾ ਨਾ ਕਿ
ਇੱਕ ਤਾਂ ਉਹ ਖੁਦ ਆਪਣੇ ਆਪ ਦੇ ਵਿੱਚ ਹੀ ਤੁਹਾਨੂੰ ਪਤਾ ਵੀ ਉਹ ਬਹੁਤ ਜ਼ਿਆਦਾ ਕੌਨਸ਼ੀਅਸ ਹੁੰਦੇ ਆਪਣੀ ਬੋਡੀ ਨੂੰ ਲੈ ਕੇ ਨਾ, ਸੋ ਉਹਨਾਂ ਨੇ ਕਦੀ ਵੀ ਇਹ ਨਹੀਂ ਕੀਤਾ ਵੀ ਮਿਹਨਤ ਤੋਂ ਤਾਂ ਕਦੀ ਵੀ ਉਹਨਾਂ ਨੂੰ ਇਹ ਨਹੀਂ, ਉਹ ਸਗੋਂ ਸਾਨੂੰ ਕੱਢਦੇ ਹੁੰਦੇ ਰਜਾਈਆਂ 'ਚੋਂ ਆ ਕੇ ਵੀ ਉੱਠੋ ਏ ਹਨਾ ਕੰਮ ਕਰਨਾ ਵਾ ਹਨਾ, ਸੋ ਉਹਨਾਂ ਦੇ ਨਾਲ ਮੈਨੂੰ ਉਹਨਾਂ ਮੁਸ਼ਕਲ ਨਹੀਂ ਰਿਹਾ। ਹਾਂ ਜਿਹੜਾ ਵੱਡੇ ਭਰਾ ਦੇ ਕਰੈਕਟਰ ਵਾਸਤੇ ਭਾਜੀ ਨੂੰ ਕਨਵਿੰਸ ਕਰਨਾ, ਫਿਰ ਜਦੋਂ ਮੈਂ ਉਹਨਾਂ ਨੂੰ ਨਰੇਟ ਕੀਤਾ ਨਾ ਫਿਰ ਭਾਜੀ ਕਨਵਿੰਸ ਹੋਏ, ਕਹਿੰਦੇ ਨਹੀਂ ਆਪਾਂ ਕਰਦੇ ਆ ਹਨਾ। ਸੋ ਵਧੀਆ ਸ਼ੂਟਿੰਗ ਦੌਰਾਨ ਕੋਈ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ ਹੋਵੇ, ਕਈ ਵਾਰ ਕੀ ਹੁੰਦਾ ਕਿ ਜਿਸ ਜਗ੍ਹਾ ਤੇ ਆਪਾਂ ਸ਼ੂਟਿੰਗ ਕਰਦੇ ਆ ਉੱਥੇ ਕਈ ਵਾਰ ਲੋਕਾਂ ਨੂੰ ਰੋਕਿਆ ਵੀ ਜਾਂਦਾ ਕਿ ਨਹੀਂ ਤੁਸੀਂ ਇੱਥੇ ਨਾ ਕਰੋ, ਕਿਆ ਤੁਹਾਡੇ ਨਾਲ ਕਦੇ ਇਹ ਚੀਜ਼ ਹੋਈ ਹੈ? ਹਾਂ ਮਤਲਬ ਅਸੀਂ ਸ਼ੂਟਿੰਗ ਦੇ ਦੌਰਾਨ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਈਆਂ ਜੀ। ਪਹਿਲੀ ਤਾਂ ਇਹ ਸੀਗਾ ਕਿ ਅਸੀਂ ਫੈਬ 'ਚ ਸ਼ੂਟ ਕਰਨਾ ਸੀ, ਅਸੀਂ ਕਰਦੇ ਕਰਦੇ ਜੂਨ ਤੱਕ ਪਹੁੰਚ ਗਏ, ਔਰ ਉੱਤੋਂ ਤੁਸੀਂ ਖਿਡਾਰੀ ਫਿਲਮ ਹੈ ਤੁਸੀਂ ਓਪਨ 'ਚ ਸ਼ੂਟ ਕਰਨਾ। ਮੈਨੂੰ ਯਾਦ ਹੈ ਇੱਕ ਕਰਤਾਰ ਭਾਜੀ ਦਾ ਅਸੀਂ ਨਾ ਸੀਕੁਐਂਸ ਸ਼ੂਟ ਕਰ ਰਹੇ ਸੀਗੇ, ਉਸ ਦਿਨ ਜਿਹੜੀ 52 ਡਿਗਰੀ ਚੱਲ ਰਿਹਾ ਸੀ ਟੈਂਪਰੇਚਰ, 52 ਡਿਗਰੀ ਬਰਨ ਕਰਦਾ ਬਹੁਤ ਜ਼ਿਆਦਾ ਨਾ, ਔਰ ਉਸ ਟਾਈਮ ਦੇ ਵਿੱਚ ਤੁਸੀਂ ਬੇਅਰ ਬੋਡੀ ਖੜੇ ਹੋਣਾ, ਤੁਸੀਂ ਫਾਈਟ ਕਰਨੀ, ਕਿਉਂਕਿ ਕਰਤਾਰ ਭਾਈ ਦਾ ਕੀ ਹੈ ਨਾ ਮੱਡ ਰੈਸਲਿੰਗ ਉਹਨਾਂ ਨੇ ਕੀਤੀ, ਸੋ ਮੱਡ ਰੈਸਲਿੰਗ ਵੈਸੇ ਹੀ ਤੁਹਾਨੂੰ ਪਤਾ ਕਿ ਉਹ ਤਪ ਰਿਹਾ ਹੁੰਦਾ ਨਾ ਸਾਰੇ ਪਾਸੇ, ਸੋ ਮੁਸ਼ਕਲਾਂ ਤੇ ਇਦਾਂ ਦੀਆਂ ਮੁਸ਼ਕਲਾਂ ਤੇ ਬਹੁਤ ਆਈਆਂ ਸਾਨੂੰ ਨਾ। ਇੱਕ ਵਾਰੀ ਅਸੀਂ ਸ਼ੂਟ ਕਰ ਰਹੇ ਸੀਗੇ ਤਾਂ ਬਹੁਤ ਜ਼ਿਆਦਾ ਹਨੇਰੀ ਆਈ, ਸੋ ਉਸ ਟਾਈਮ ਦੇ ਉੱਤੇ ਪੂਰਾ ਸੈੱਟ ਗਿਰ ਗਿਆ ਸੀ, ਅਸੀਂ ਸਟੇਜ ਦਾ ਸੈੱਟ ਲਗਾਇਆ ਹੋਇਆ ਸੀ, ਉਦੋਂ ਸਾਡੇ ਨਵਦੀਪ ਕਲੇਰ ਨੇ ਐਕਟਰ ਹਨਾ ਬਹੁਤ ਵਧੀਆ ਉਹਨਾਂ ਨੇ ਪਲੇ ਕੀਤਾ ਹਨਾ, ਉਹਨਾਂ ਦੇ ਉੱਤੇ ਪੂਰਾ ਗਿਰ ਗਿਆ ਹਨਾ, ਮੁਸ਼ਕਲ ਆਈ ਉਦੋਂ। ਮਤਲਬ ਹੈ ਸੀ ਇੱਦਾਂ ਦੀਆਂ ਮੁਸ਼ਕਲਾਂ, ਜੈਸਲਮੇਰ ਅਸੀਂ ਸ਼ੂਟ ਕਰ ਰਹੇ ਸੀ, ਜੈਸਲਮੇਰ ਡਿਊਨਸ ਦੇ ਉੱਤੇ 35 ਫੀਟ 40 ਫੀਟ ਡਿਊਨਸ ਆ, ਉਹਦੇ ਉੱਤੇ ਤੁਸੀਂ ਸ਼ੂਟ ਕਰਨਾ, ਸੋ ਉਦੋਂ ਵੀ ਬੜੀਆਂ ਮੁਸ਼ਕਲਾਂ ਆਈਆਂ, ਬਟ ਮੈਨੂੰ ਇਹ ਲੱਗਦਾ ਕਿ ਤੁਸੀਂ ਕਵਰ ਕਰ ਜਾਂਦੇ ਹੋ ਸਾਰਾ ਕੁਝ, ਇੱਕ ਚੰਗੀ ਚੀਜ਼ ਬਣ ਜਾਂਦੀ ਹੈ। ਕਹਿੰਦੇ ਜਦੋਂ ਮੁਸ਼ਕਲਾਂ ਆਉਣ ਤਾਂ ਬਾਅਦ ਚੋਂ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆਉਂਦਾ ਹੈ, ਸੋ ਸਾਡੇ ਦਰਸ਼ਕਾਂ ਨੂੰ ਆਪਣੀ ਫਿਲਮ ਲਈ ਕੀ ਕਹਿਣਾ ਚਾਹੁੰਦੇ? ਮੈਂ ਤਾਂ ਇਹੀ ਕਹੂੰਗਾ ਜੀ 9 ਫੈਬ ਨੂੰ ਆ ਰਹੀ ਹੈ, ਮਿਹਨਤ ਬਹੁਤ ਕੀਤੀ ਹੈ ਸਾਰੀ ਟੀਮ ਨੇ, ਸੋ ਫਿਲਮ ਦੇ ਵਿੱਚ ਇੱਕ ਨਵਾਂਪਨ ਤੁਹਾਨੂੰ ਮਿਲੂਗਾ। ਖਿਡਾਰੀ ਜਿਹੜਾ ਉਹ ਬੇਸਿਕਲੀ ਤੁਹਾਨੂੰ ਇਕੱਲੀ ਮੈਂ ਸਪੋਰਟਸ ਫਿਲਮ ਨਹੀਂ ਕਹੂੰਗਾ, ਸੋ ਇਹ ਲਾਈਫ ਵੀ ਹੈ, ਸਪੋਰਟਸ ਵੀ ਹੈ, ਇਮੋਸ਼ਨਸ ਵੀ ਹੈ, ਤੁਹਾਨੂੰ ਇੱਕ ਪੈਕੇਜ ਸਿਨੇਮਾ ਜਿਹਨੂੰ ਕਹਿੰਦੇ ਉਹ ਮਿਲੂਗਾ। ਕੀ ਤੁਹਾਡੀ ਇਹ ਫਿਲਮ ਫੈਮਿਲੀ ਬੈਠ ਕੇ ਦੇਖ ਸਕਦੀ ਹੈ ਕਿ ਬੱਚੇ ਵੀ ਵਿੱਚ ਇਨਕਲੂਡ ਹੋ ਸਕਦੇ ਹਨ? ਹਾਂਜੀ ਫੈਮਿਲੀ ਬੈਠ ਕੇ ਦੇਖ ਸਕਦੀ ਹੈ ਜੀ, ਪ੍ਰੋਪਰ ਈਵਨ ਸਾਨੂੰ ਸਰਟੀਫਿਕੇਟ ਵੀ ਉਹੀ ਮਿਲਿਆ। ਹੁਣ ਮੈਂ ਕੋਸ਼ਿਸ਼ ਵੀ ਇਹ ਕੀਤੀ ਸੀ ਕਿ ਆਪਾਂ ਉਸ ਪੱਖ ਵੱਲ ਨਾ ਚੱਲੀਏ ਕਿ ਆਪਾਂ ਸਿਰਫ ਅਡਲਟਸ ਪਾਸੇ ਰੱਖੀਏ, ਫੈਮਿਲੀ ਦੇਖੀਏ, ਕਿਉਂਕਿ ਫੈਮਿਲੀ ਫਿਲਮ ਹੈ, ਭਰਾਵਾਂ ਦੀ ਕਹਾਣੀ, ਇਮੋਸ਼ਨ ਹੈ, ਸੋ ਸੋ ਸਾਡੀਆਂ ਬੈਸਟ ਵਿਸ਼ਸ ਤੁਹਾਡੇ ਨਾਲ ਨੇ। ਥੈਂਕ ਯੂ ਸੋ ਮਚ। ਸੋ 9 ਫਰਵਰੀ ਨੂੰ ਆ ਰਹੀ ਹੈ ਫਿਲਮ ਖਿਡਾਰੀ, ਦੇਖਣਾ ਨਾ ਭੁੱਲਣਾ ਸਿਨੇਮਾ ਘਰਾਂ ਦੇ ਵਿੱਚ ਫਿਲਮ ਖਿਡਾਰੀ।